ਤੇ ਫਿਰ ਉੱਥੇ ਇਹ ਵਚਨ ਆਇਆ ਵੀ ਆਉਣ ਵਾਲੇ ਸਮੇਂ ਵਿੱਚ ਜਦੋਂ ਨੇਕ ਲੰਗ ਰੂਪ ਧਾਰਨ ਕਰਨਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਸਮ ਪਾਤਸ਼ਾਹ ਦੀ ਬਾਣੀ 'ਚ ਸਾਰਾ ਵਚਨ ਆਉਂਦਾ ਵੀ ਜੋ ਅੱਗੇ ਸਮਾਂ ਵਰਤਾਰਾ ਵਰਤਣਾ, ਕੁਝ ਗੱਲਾਂ ਨਿਸ਼ਾਨੀਆਂ ਹੁਣ ਸਾਹਮਣੇ ਆ ਵੀ ਚੁੱਕੀਆਂ, ਜਿਵੇਂ ਪਿਓ ਧੀ ਦਾ ਰਿਸ਼ਤਾ ਨਹੀਂ ਰਹਿਣਾ, ਮਾਂ ਪੁੱਤਰ ਦਾ ਰਿਸ਼ਤਾ ਨਹੀਂ ਰਹਿਣਾ, ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ। ਇਹ ਵਚਨ ਵੀ ਮਹਾਰਾਜ ਨੇ ਲਿਖੇ ਨੇ। ਉਹ ਵੀ ਲਗਭਗ ਦੇਖੋ ਸਮਾਜ ਵਿੱਚ ਕਈ ਥਾਵਾਂ 'ਤੇ ਇਹੋ ਜਿਹੀ ਆਵਾਜ਼ ਪਸ਼ੂਆਂ ਵਾਲੀ ਬਿਰਤੀ ਹੋ ਰਹੀ, ਜਿਹੜੀ ਪਾਪ ਨੇ ਉਹ ਵਰਤਾਰਾ ਕਰ ਦੇਣਾ। ਦੂਸਰਾ ਫਿਰ ਕੋਈ ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹ ਕੇ ਰਾਜ਼ੀ ਨਹੀਂ ਹੋਵੇਗਾ, ਇਹ ਵੀ ਲਿਖਿਆ। ਕੋਈ ਧਰਮ ਭਾਵੇਂ ਉਹ ਕਿਸੇ ਧਰਮ ਦਾ ਗ੍ਰੰਥ ਹੈ, ਇਕੱਲੇ ਆਪਣੇ ਨਹੀਂ, ਵੀ ਆਪਣੇ ਬੱਚੇ ਦੀ ਬਾਣੀ ਪੜ੍ਹਦੇ। ਦੂਜੇ ਪਾਸੇ ਵੀ ਇਹੀ ਹਾਲ ਹੈ, ਉਹ ਵੀ ਹਟਦੇ ਜਾ ਰਹੇ। ਉੱਧਰ ਬਾਹਰ ਜਾਓ ਚਰਚ ਖਾਲੀ ਹੁੰਦੇ ਜਾ ਰਹੇ, ਹਜੇ ਆਪਣੇ ਗੁਰਸਿੱਖਾਂ ਦੇ ਫਿਰ ਵੀ ਗੁਰੂ ਨਾਨਕ ਦੀ ਕਿਰਪਾ ਵੀ ਆਪਣੇ ਗੁਰਦੁਆਰਿਆਂ 'ਚ ਰੌਣਕ ਚੰਗੀ, ਉੱਧਰ ਮਸਤਾਨਾ ਪੈਰਾ ਹੁੰਦਾ। ਪਰ ਮਹਾਰਾਜ ਕਹਿੰਦੇ ਇੱਕ ਟਾਈਮ ਐਸਾ ਆ ਜਾਣਾ ਦੁਨੀਆਂ 'ਤੇ ਵੀ ਧਰਮ ਗ੍ਰੰਥ ਜਿਹੜੇ ਨੇ ਭੁੱਲ ਕੇ ਵੀ ਹੱਥ ਨਹੀਂ ਲਾਉਣਗੇ। ਅੱਜ ਸਤਸੰਗ ਜੀ ਆਪਾਂ ਸਾਰਾ ਦਿਨ ਫੇਸਬੁੱਕ 'ਤੇ ਵਟਸਐਪ 'ਤੇ ਬੈਠੇ ਰਹੀਏ, ਪਰ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆਂ ਸਾਨੂੰ ਉਸੇ ਮੋਬਾਈਲ ਦੇ ਵਿੱਚ ਹੀ ਪਾਠ ਹੈ, ਪਰ ਨਹੀਂ ਉਹ ਰੁਚੀ ਨਹੀਂ ਜਾਗੇਗੀ। ਇੱਦਾਂ ਦੀਆਂ ਜਿਹੜੀ ਕਲਯੁੱਗ ਦੀਆਂ ਨਿਸ਼ਾਨੀਆਂ ਦੱਸਦੇ ਮਹਾਰਾਜ ਵੀ ਆਪਣੇ ਧਰਮ 'ਤੇ ਨਾ ਰਾਜਾ ਰਹੇਗਾ ਨਾ ਪਰਜਾ ਰਹੇਗੀ। ਰਾਜੇ ਦਾ ਧਰਮ ਪ੍ਰਜਾ ਦੀ ਪਾਲਣਾ ਕਰਨੀ, ਦੁਨੀਆਂ ਨੂੰ ਮੇਰੇ ਬੱਚੇ ਹੈ, ਇਹਨਾਂ ਨੂੰ ਰੋਟੀ ਮਿਲੇ, ਇਹਨਾਂ ਨੂੰ ਪ੍ਰਸ਼ਾਦਾ ਟਾਈਮ ਨਾਲ ਮਿਲੇ, ਇਹ ਰਾਜਾ ਦਾ ਧਰਮ ਹੈ। ਕੋਈ ਬਾਹਰੋਂ ਕੋਈ ਹਮਲਾ ਕਰੇ, ਉਹਨਾਂ ਰਾਜੇ ਨੇ ਪ੍ਰਜਾ ਦੀ ਰੱਖਿਆ ਕਰਨੀ ਹੈ, ਉਹ ਰਾਜੇ ਦਾ ਧਰਮ ਹੈ। ਪਰ ਉਹ ਆਪਣੇ ਧਰਮ ਤੋਂ ਰਾਜੇ ਭੱਜ ਜਾਣਗੇ, ਆਖੋ ਸਤਨਾਮ ਸ੍ਰੀ। ਅਤੇ ਪ੍ਰਜਾ ਦਾ ਕੀ ਧਰਮ ਹੈ? ਪ੍ਰਜਾ ਦਾ ਧਰਮ ਹੈ ਵੀ ਆਪਣੇ ਰਾਜੇ ਨੂੰ ਟਾਈਮ ਸਿਰ ਟੈਕਸ ਦੇਵੇ, ਟਾਈਮ ਸਿਰ ਉਹ ਆਪਣੇ ਰਾਜੇ ਦਾ ਹੁਕਮ ਮੰਨੇ, ਆਪਣੇ ਰਾਜੇ ਦੀ ਉਮਰ ਲੰਬੀ ਹੋਣ ਵਾਸਤੇ ਕੋਈ ਦੁਆ ਅਰਦਾਸ ਕਰੇ, ਉਹ ਉਹਨੂੰ ਆਪਣਾ ਸਮਝੇ, ਉਹਨੂੰ ਆਪਣਾ ਸਮਝੇ, ਪ੍ਰਜਾ ਸਮਝੇ ਰਾਜਾ ਪਿਓ ਹੈ, ਰਾਜਾ ਸਮਝੇ ਪ੍ਰਜਾ ਮੇਰਾ ਮੇਰੇ ਬੱਚੇ ਹੈ। ਪਰ ਕਹਿੰਦੇ ਇੱਦਾਂ ਹੋਣਾ ਨਹੀਂ ਕਲਯੁੱਗ ਵਿੱਚ, ਆਖੋ ਸਤਨਾਮ ਸ੍ਰੀ। ਵਰਤਾਰਾ ਹੋਰ ਹੋ ਜਾਣਾ। ਰਾਜੇ ਸ਼ੀ ਮੁਕੱਦਮ ਕੁੱਤੇ ਜਿਹੜੇ ਬਚਨ ਮਹਾਰਾਜ ਨੇ ਕਹੇ ਨੇ ਉਹ ਕਲਯੁੱਗ 'ਚ ਵੱਧਦੇ ਜਾਣੇ, ਕਲਯੁੱਗ ਦਾ ਇਹ ਵਰਤਾਰਾ ਹੋਣਾ। ਕਹਿੰਦੇ ਫਿਰ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਹੋ ਜਾਏਗਾ, ਫਿਰ ਐਸਾ ਵੀ ਸਮਾਂ ਆ ਜਾਏਗਾ ਕਿ ਵੀ ਧਰਮ ਗ੍ਰੰਥ ਪੜ੍ਹਨ ਉੱਤੇ ਪਾਬੰਦੀ ਲੱਗ ਜਾਏਗੀ, ਆਖੋ ਸ੍ਰੀ ਵਾਹਿਗੁਰੂ। ਪੋਥੀ ਪੜ੍ਹਨ 'ਤੇ ਬੰਦਰ ਗੁਰਦੁਆਰੇ ਨੂੰ ਤਾਲੇ ਲੱਗ ਜਾਣਗੇ, ਅਤੇ ਪੋਥੀ ਕੋਈ ਪੜ੍ਹੇਗਾ ਤਾਂ ਉਹਨੂੰ ਫੜ ਕੇ ਲੈ ਜਾ ਕਰਨਗੇ ਥਾਣੇ 'ਚ, ਤੂੰ ਪੋਥੀ ਪੜ੍ਹਦਾ, ਉਹਨੂੰ ਰਾਜੇ ਜੇਲ੍ਹਾਂ ਸੁੱਟਣਗੇ, ਫਾਂਸੀ ਦੇਣਗੇ, ਮਾਰਿਆ ਕਰਨਗੇ। ਕਹਿੰਦੇ ਫਿਰ ਇਸ ਤਰ੍ਹਾਂ ਦਾ ਜਦੋਂ ਸਮਾਂ ਆ ਜਾਏਗਾ, ਫਿਰ ਕਹਿੰਦੇ ਵੀ ਇੱਕ ਸਾਧੂ ਆਪਣੇ ਘਰ ਦੇ ਵਿੱਚ ਥੱਲੇ ਅੰਡਰਗਰਾਊਂਡ ਜਿਵੇਂ ਹੁੰਦਾ ਭੌਰੇ ਟੈਪ ਕਮਰਾ, ਉਹਦੇ 'ਚ ਬਹਿ ਕੇ ਪਰਮੇਸ਼ੁਰ ਦੀ ਭਗਤੀ ਕਰੇਗਾ। ਉਹਦੀ ਘਰਵਾਲੀ ਕਹਿ ਗਈ ਬੰਦ ਕਰ, ਕਿਉਂਕਿ ਘਰਵਾਲੀ ਪਰਮੇਸ਼ੁਰ ਨੂੰ ਮੰਨਦੀ ਨਹੀਂ ਆਉਣੀ, ਅੱਜ ਕੱਲ੍ਹ ਵੀ ਇੱਦਾਂ ਹੀ ਹੈ, ਆਖੋ ਸ੍ਰੀ ਵਾਹਿਗੁਰੂ। ਘਰ 'ਚ ਚਾਰ ਜੀ ਨੇ, ਚਾਰ ਮਤ ਨੇ। ਘਰਵਾਲੀ ਦਾ ਹੋਰ ਮਤ ਹੈ, ਘਰਵਾਲੇ ਦਾ ਹੋਰ ਹੈ, ਬੱਚੀ ਦਾ ਹੋਰ ਹੈ, ਬੇਟੇ ਦਾ ਹੋਰ ਹੈ। ਉਹ ਕਿਸੇ ਮੰਦਰ ਜਾਂਦਾ, ਉਹ ਕਿਸੇ ਪੀਰ 'ਤੇ ਜਾਂਦੀ ਹੈ, ਉਹ ਕਿਸੇ ਹੋਰ ਪਾਸੇ ਮੱਥਾ ਟੇਕਦਾ। ਇੱਕ ਧਰਮ ਨਹੀਂ ਰਹਿ ਗਿਆ, ਇੱਕ ਵਿਚਾਰ ਨਹੀਂ ਰਹਿ ਗਈ। ਫਿਰ ਕਹਿੰਦੇ ਉਹ ਘਰਵਾਲੀ ਕਹੇਗੀ ਵੀ ਇਹ ਮੇਰਾ ਘਰਵਾਲਾ ਜਿਹੜਾ ਨਾ ਹਟਦਾ ਨਹੀਂ ਪੂਜਾ ਕਰਨ ਤੋਂ, ਪਾਠ ਕਰਨ ਤੋਂ। ਪਹਿਲਾਂ ਤਾਂ ਉੱਦਾਂ ਸਮਝਾਏਗੀ, ਫਿਰ ਰੌਲਾ ਪਾਏਗੀ, ਲੜੇਗੀ। ਜਦੋਂ ਉਹ ਪੂਜਾ ਤੋਂ ਨਹੀਂ ਹਟੇਗਾ, ਉਹ ਰਾਜੇ ਕੋਲ ਜਾ ਕੇ ਸ਼ਿਕਾਇਤ ਕਰੇਗੀ ਸਰਕਾਰ ਕੋਲ, ਵੀ ਇਹ ਮੇਰਾ ਘਰ ਵਾਲਾ, ਮੇਰੇ ਘਰ ਚੱਲ ਕੇ ਦੇਖ ਲਓ, ਥੱਲੇ ਬਹਿ ਕੇ ਪਾਠ ਕਰਦਾ। ਰਾਜਾ ਆਵੇਗਾ ਉਹਨੂੰ ਫੜਨ ਵਾਸਤੇ। ਜਦੋਂ ਰਾਜਾ ਆਵੇਗਾ ਤਾਂ ਉਹਨੂੰ ਕਹੇਗਾ ਵੀ ਬੰਦ ਕਰ, ਉਹ ਨਹੀਂ ਕਰੇਗਾ ਤਾਂ ਤਲਵਾਰ ਮਾਰਨ ਲੱਗੇਗਾ।
तब पई शूक पौरे मजार। उस पौरे अंदर शूक कलकी का मतलब की है, किलकारी मारेगा। ने कलंक बजी डंक चढ़ू दल रविंद जी। वो बड़ी भयानक किलकारी मारेगा। जदों किलकारी मारेगा उहदे नाल तिने लोग खंड ब्रह्मांड जिहड़े है वह कंब जाणगे, ते वह तलवार नाल राजे का सिर ला देवेगा। वह फिर ने कलंक घोड़े ते चढ़ के फिर त्रै सै हाथ तंगी खंडा धूया। दसम पातशाह की बाणी हाथ कहिंदे आ इत्थों लै के आउंगल का जिहड़ा सिखर है, यानी डेढ़ फुट का एक हाथ होंगे, तो 450 हाथ का खंडा होगा। हुण इहदे विच मैं तो इदा भी समझ सकता ख्याल है भी आ जिहड़ा एटम बंब है की है, ये भी तो लम्मा खंडा ही है। तोपां दे बंब जिहड़े ने की है खंडा ही है। जिहड़ा करोना वर्गा खंडा की पता किदां दा खंडा बना लवे। दसम पातशाह ने रोग अस्त्र भी लिखा ना, जिहड़ा रोग अस्त्र है वह रोग चलेगा, उहदे चों बीमारियां निकलणगियां, रोग निकलणगे, वह रोग जिहड़े ने लोकां नूं जाके खत्म कर देणगे। जिहड़ा बाबा जी बचन कर गए ने, यह भी इत्थे सप्पां वाला भी बचन है भी इत्थे 96 करोड़ ही फौज गुप्त फौज प्रगट होएगी। काल पुरख के रंग ने किहड़े रूप च की करेगा, महाराज कहिंदे ऐसा जदों वरतारा होवेगा, पाप समूह विनाशन कहो कलकी अवतार कहावेंगे। सारे पापा नूं नाश करन लई कलकी अवतार कहावेंगे। तुरकच तुरक देश दा तुरकिस्तान दा घोड़ा सपछ बड़ो खंभा वाला जिहड़ा उड़दा होवेगा। हुण की पता उह इहनां जहाजां वाल इशारा है कि इस तों वी तेज बनणे ने, ਇਹ ਕੋਈ ਪਤਾ ਨਹੀਂ। ਕਹਿੰਦੇ ਉੱਡਣ ਵਾਲੇ ਘੋੜੇ ਹੋਣੇ ਨੇ, ਅਕਾਲ ਪੁਰਖ ਦੀ ਖੇਡ ਹੈ, ਆਪਾਂ ਨਹੀਂ ਜਾਣਦੇ ਕਿੱਦਾਂ ਦਾ ਹੋਏਗਾ, ਪਰ ਇਹ ਵੀ ਤਾਂ ਉਹਦੀ ਖੇਡ ਹੀ ਹੈ। ਜਿਹੜੇ ਜਹਾਜ਼ ਫਿਰਦੇ ਨੇ, ਜੰਗੀ ਜਹਾਜ਼ ਨੇ, ਕੀ ਨੇ, ਐਟਮ ਨੇ, ਉਹ ਕੀ ਖੰਡਾ ਚਲਾਏਗਾ, ਤਬਾਹੀ ਦਾ ਮੰਜ਼ਰ ਹੋਵੇਗਾ। ਤੁਰਕੱਛ ਤੁਰੰਗ ਸਪੱਛ ਬੜੋ ਕਰ ਕਾਢ ਕਿਰਪਾਨ ਕੰਪਾਵੇਂਗੇ। ਹੱਥ ਵਿੱਚ ਤਲਵਾਰ ਹੋਵੇਗੀ, ਧਰਤੀ ਉਹਦੇ ਤੋਂ ਅਸਮਾਨ ਥਰ ਥਰ ਕੰਬੇਗਾ ਉਹਦੇ ਨਾਂ ਤੋਂ। ਦੱਸੇਗਾ ਫਿਰ ਵੀ ਮੈਂ ਹਾਂ, ਤੁਸੀਂ ਮੈਨੂੰ ਭੁੱਲ ਗਏ ਸੀ। ਕਰ ਕਾਢ ਕਿਰਪਾਨ ਕੰਪਾਵੇਂਗੇ, ਨਿਕਸੇ ਜਿਮ ਕੇਹਰ ਪਰਬਤ। ਜਿਵੇਂ ਆਪਣੀ ਗੁਫਾ ਚੋਂ ਸ਼ੇਰ ਨਿਕਲਦਾ ਨਾ ਆਪਣੇ ਸਿਰ ਦੇ ਕੇਸਾਂ ਨੂੰ ਛੰਡ ਕੇ, ਨਿਕਸੇ ਜਿਮ ਕੇਹਰ ਪਰਬਤ ਤੇ ਦੱਸ ਸੋਭ ਦਿਵਾਲਿਆ ਪਾਵੇ। ਦਿਵਾਲਿਆ ਕਹਿੰਦੇ ਨੇ ਮੰਦਰ ਨੂੰ, ਸ੍ਰੀ ਹਰਿਮੰਦਰ ਸਾਹਿਬ ਜੀ ਪਰਮੇਸ਼ਰ ਦੇ ਦਰਬਾਰ ਐਸੀ ਸੋਭਾ ਪਾਉਣਗੇ। ਪਲ ਭਾਗ ਪਿਆਏ ਸੰਭਲ ਕੇ, ਹਰ ਜੂ ਹਰ ਮੰਦਰ ਆਵੇਂਗੇ। ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਵੀ ਆ ਕੇ ਦਰਸ਼ਨ ਕਰਨੇ ਮਹਾਰਾਜ ਨੇ। ਸੋ ਸਾਧ ਸੰਗਤ ਜੀ ਉਹ ਬਚਨ ਇੱਥੇ ਹੋਏ। ਕੋਈ ਹੁਣ ਪੁੱਛੇ ਵੀ ਇਹਦਾ ਪ੍ਰਮਾਣ ਕੀ ਹੈ, ਆਖੋ ਸ੍ਰੀ ਵਾਹਿਗੁਰੂ। ਹਰ ਚੀਜ਼ ਦਾ ਪ੍ਰਮਾਣ ਪੁੱਛਦੇ ਨੇ ਲੋਕ, ਕੀ ਹੈ ਜੀ ਤੁਹਾਡੇ ਕੋਲ ਪ੍ਰਮਾਣ, ਕੀ ਹੈ ਐਗਜੈਂਪਲ ਦਿਓ, ਕੁਝ ਸਿੱਧ ਕਰੋ। ਤੋ ਇੱਥੇ ਭਾਈ ਰਤਨ ਸਿੰਘ ਜੀ ਪੰਗੂ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਉਹ ਕਹਿੰਦੇ ਸਿਮਰਤ ਵੇਦ ਪੁਰਾਣ ਸਭ ਜਿੰਨੇ ਗ੍ਰੰਥ ਜਿੰਨੀਆਂ ਪੋਥੀਆਂ ਨੇ, ਇਹ ਕੰਚਨ ਕੇ ਚੇਰ, ਕੰਚਨ ਕਹਿੰਦੇ ਨੇ ਸੋਨੇ ਨੂੰ, ਇਹ ਸਭ ਪੈਸੇ ਦੇ ਥੱਲੇ ਪੈਸੇ ਦੇ ਗੁਲਾਮ ਨੇ, ਚੇਲੇ ਨੇ, ਜਿੰਨੇ ਵੀ ਗ੍ਰੰਥ ਨੇ। ਕਿਵੇਂ ਗ੍ਰੰਥ ਦੇ ਵਾਸਤੇ ਕਾਗਜ਼ ਚਾਹੀਦਾ, ਸਿਆਹੀ ਚਾਹੀਦੀ ਹੈ, ਪ੍ਰਿੰਟਿੰਗ ਪ੍ਰੈਸ ਚਾਹੀਦੀ ਹੈ, ਜਿਲਦ ਬਣਨ ਵਾਲਾ ਚਾਹੀਦਾ, ਪੈਸਾ ਚਾਹੀਦਾ ਕਿ ਨਹੀਂ ਚਾਹੀਦਾ? ਪੈਸੇ ਨਾਲ ਹੀ ਖਰੀਦੋ ਕੋਈ ਗ੍ਰੰਥ? ਕਹਿੰਦੇ ਇਹ ਕੰਚਨ ਕੇ ਚੇਰ, ਇਹ ਸੋਨੇ ਦੇ ਗੁਲਾਮ ਨੇ, ਪਰ ਅਨੁਭਵ ਪਾਰਸ ਕੀ ਕਣੀ, ਆਖੋ ਸ੍ਰੀ ਵਾਹਿਗੁਰੂ। ਅਨੁਭਵ ਜਿਹੜਾ ਫੀਲ ਕਰਨਾ ਮਹਿਸੂਸ ਕਰਨਾ ਉਹ ਪਾਰਸ ਦੀ ਕਣੀ ਹੈ। ਪਾਰਸ ਇੱਕ ਐਸਾ ਪੱਥਰ ਹੁੰਦਾ ਜਿਹੜਾ ਲੋਹੇ ਨੂੰ ਤਾਂਬੇ ਨੂੰ ਜਿਸਤ ਨੂੰ ਸੋਨਾ ਬਣਾ ਦਿੰਦਾ ਛੂ ਕੇ। ਜਿਹੜਾ ਅਨੁਭਵ ਹੈ
किसी महापुरश का, वो पारस की कणी है। कंचन करै सुमेर, वो तो सुमेर पर्वत नू सोना बना सकता, पहाड़ जिन्ना सोना हो जाए। कहिंदे इसे तरह जिहड़ा ये बचन है श्री गुरु गोबिंद सिंह जी का अनुभव है, आखो सतनाम श्री वाहिगुरु, उन्होंने अनुभव दे विच आया है, उन्होंने देखिया है अगे की होना। मैं तू नहीं देखिया, असी नहीं देखिया, क्यों? साडा उन्ना डूंगा अनुभव नहीं है। अनुभव जिन्ना डूंगा होएगा उन्नी समझ आएगी। दसम पातशाह जिन्ना साडा अनुभव नहीं है, इस करके सानू शंका होंदा जी कदों टाइम आएगा, किवें होएगा, इदां किवें हो सकता है। इस करके साध संगत जी गुरु दे अनुभव ते सुनिया, मन्निया, मन कीता, सुन लो सतगुरां दे बचन, मान लो।